ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦੇ ਵੀਡੀਓ ਦੇ ਵਿੱਚ ਮੈਂ ਕੁਝ ਪੁਆਇੰਟਸ ਦੇ ਉੱਤੇ ਡਿਸਕਸ਼ਨ ਕਰਾਂਗਾ ਜਿਹੜੇ ਕਾਫੀ ਇੰਪੋਰਟੈਂਟ ਨੇ ਜਿਨ੍ਹਾਂ ਸਟੂਡੈਂਟਸ ਨੇ ਅਪਲਾਈ ਕੀਤਾ ਹੋਇਆ ਜਾਂ ਜਿਹੜੇ ਸਟੂਡੈਂਟ ਆਉਣ ਵਾਲੇ ਸਮੇਂ 'ਚ ਅਪਲਾਈ ਕਰ ਰਹੇ ਨੇ। ਸੋ ਡੈਫੀਨੇਟਲੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ, ਕਾਫੀ ਇੰਪੋਰਟੈਂਟ ਅਤੇ ਯੂਸਫੁਲ ਇਨਫੋਰਮੇਸ਼ਨ ਤੁਹਾਡੇ ਲਈ ਰਹੇਗੀ। ਐਂਡ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਆਪਣੇ ਨੈਟਵਰਕ 'ਚ ਸ਼ੇਅਰ ਕਰੋ। ਸੋ ਡੈਫੀਨੇਟਲੀ ਗੱਲ ਕਰਦੇ ਹਾਂ ਜੀ ਕੈਨੇਡਾ ਸਟੂਡੈਂਟ ਵੀਜ਼ਾ ਦੇ ਨਾਲ ਜੁੜੇ ਬਹੁਤ ਸਾਰੇ ਸਵਾਲਾਂ ਦੇ ਉੱਤੇ, ਬਹੁਤ ਸਾਰੀਆਂ ਇਨਕੁਆਇਰੀਜ਼ ਦੇ ਉੱਤੇ। ਬਟ ਇੰਪੋਰਟੈਂਟ ਕੰਸਰਨ ਜਿਹੜਾ ਉਹਨਾਂ ਸਟੂਡੈਂਟਸ ਦਾ ਜਿਨ੍ਹਾਂ ਦੀਆਂ ਆਲਰੇਡੀ ਫਾਈਲਸ ਲਾਸਟ ਈਅਰ ਸਪਟੈਂਬਰ ਔਰ ਇਸ ਸਾਲ ਜਨਵਰੀ ਦੇ ਵਿੱਚ ਲੌਜਡ ਨੇ ਐਂਡ ਸਟੂਡੈਂਟਸ ਰਿਜ਼ਲਟਸ ਦੀ ਵੇਟ ਕਰ ਰਹੇ ਨੇ। ਸੋ ਐਟ ਪ੍ਰੈਜੈਂਟ ਅਗਰ ਸਿਨੈਰੀਓ ਨੂੰ ਦੇਖਿਆ ਜਾਵੇ ਤਾਂ ਬਹੁਤ ਸਾਰੇ ਸਟੂਡੈਂਟਸ ਨੂੰ ਰਿਜ਼ਲਟ ਮਿਲ ਚੁੱਕਾ ਹੈ, ਪਾਸਪੋਰਟਸ ਵੀ ਸਟੈਂਪ ਹੋ ਗਏ ਨੇ ਐਂਡ ਉਮੀਦ ਕੀਤੀ ਜਾ ਰਹੀ ਹੈ ਕਿ ਬਾਏ ਐਂਡ ਆਫ ਦਿਸ ਮਾਰਚ ਆਲਮੋਸਟ ਹਰ ਬੈਕਲੌਗ ਨੂੰ ਜਿਹੜਾ ਕਲੀਅਰ ਕਰ ਦਿੱਤਾ ਜਾਏਗਾ। ਸੋ ਇੱਥੇ ਇੱਕ ਸਪੈਸ਼ਲ ਨੋਟ ਰਹੇਗਾ ਸਾਰੇ ਸਟੂਡੈਂਟਸ ਲਈ ਜਿਹਨਾਂ ਨੇ ਅਪਲਾਈ ਕੀਤਾ ਹੋਇਆ, ਅਗਰ ਤੁਸੀਂ ਆਨਲਾਈਨ ਕਲਾਸਿਸ ਲਗਾ ਰਹੇ ਹੋ ਤਾਂ ਆਪਣੀਆਂ ਐਨਰੋਲਮੈਂਟਸ ਨੂੰ IRCC ਨੂੰ ਜ਼ਰੂਰ ਅਪਡੇਟ ਕਰੋ ਐਂਡ ਅਗਰ ਤੁਸੀਂ ਡੈਫਰਮੈਂਟ ਲੈ ਚੁੱਕੇ ਹੋ ਤਾਂ ਵੈਬ ਫਾਰਮ ਦੇ ਜ਼ਰੀਏ ਆਪਣੀ ਡੈਫਰਡ LOA ਨੂੰ ਵੀ ਅਪਡੇਟ ਜ਼ਰੂਰ ਕਰੋ ਸੋ ਦੈਟ ਅਕੋਰਡਿੰਗਲੀ ਤੁਹਾਡੀ ਐਪਲੀਕੇਸ਼ਨ ਨੂੰ ਪ੍ਰਾਇਓਰਟਾਈਜ਼ ਕੀਤਾ ਜਾਵੇ। ਐਂਡ ਨਾਲ ਦੀ ਨਾਲ ਜਿਹੜੀ ਸੈਕਿੰਡ ਇੰਪੋਰਟੈਂਟ ਚੀਜ਼ ਹੈ ਜੀ, ਕਿਊਬੈਕ ਵਾਲੇ ਸਟੂਡੈਂਟ। ਸੋ ਡੈਫੀਨੇਟਲੀ ਕਿਊਬੈਕ ਅਪਲਾਈਡ ਸਟੂਡੈਂਟਸ ਕਾਫੀ ਸਮੇਂ ਤੋਂ ਵੇਟ ਕਰ ਰਹੇ ਨੇ, ਡੈਫਰਮੈਂਟਸ ਬਹੁਤ ਹੋਈਆਂ ਨੇ, ਕੁਝ ਨਾਰਾਜ਼ਗੀ ਵੀ ਸ਼ੋਅ ਕਰ ਰਹੇ ਨੇ। ਸੋ ਉਹਨਾਂ ਸਾਰੇ ਸਟੂਡੈਂਟਸ ਨੂੰ ਜਿਹੜਾ ਮਾਰਚ ਮੰਥ ਹੈ ਬਹੁਤ ਕਰੂਸ਼ੀਅਲ ਹੈ, ਕਿਊਬੈਕ ਗਵਰਨਮੈਂਟ ਵੱਲੋਂ ਵੀ ਕਾਫੀ ਹੱਦ ਤੱਕ ਅਨਾਊਂਸਿਸ ਹੋਏ ਨੇ, ਈਮੇਲਸ ਵੀ ਮਿਲੀਆਂ ਨੇ ਸਟੂਡੈਂਟਸ ਨੂੰ ਕਿ ਜਲਦ ਤੁਹਾਡੀਆਂ ਐਪਲੀਕੇਸ਼ਨਸ ਦੇ ਉੱਤੇ ਉਹ PPS ਜਿਹੜੇ ਨੇ ਰਿਲੀਜ਼ ਕਰਨਗੇ। ਸੋ ਕਿਊਬੈਕ ਵਾਲੇ ਸਟੂਡੈਂਟਸ ਨੂੰ ਵੀ ਰਾਹਤ ਮਿਲੂਗੀ, ਉਮੀਦ ਕਰਦੇ ਹਾਂ ਇਸ ਮੰਥ ਦੇ ਵਿੱਚ। ਸੋ ਡੈਫੀਨੇਟਲੀ ਕਿਊਬੈਕ ਵਾਲੇ ਸਟੂਡੈਂਟਸ ਵੀ ਪੋਜ਼ਿਟਿਵ ਰਹਿਣ ਐਂਡ ਨਾਲ ਦੀ ਨਾਲ ਹੁਣ ਜਿਹੜੇ ਫਿਊਚਰ 'ਚ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ, ਅਗਰ ਸਪਟੈਂਬਰ ਵਾਲੇ ਸਟੂਡੈਂਟ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਐਂਡ ਤੁਸੀਂ ਸੋਚ ਰਹੇ ਹੋ ਡੈਡਲਾਈਨਸ ਬਹੁਤ ਹਾਲੇ ਦੂਰ ਨੇ, ਤਾਂ ਤੁਸੀਂ ਬੇਸ਼ੱਕ ਉਸ ਚੀਜ਼ ਨੂੰ ਇਗਨੋਰ ਕਰੋ, ਜਲਦ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੀਡ ਕਰੋ ਕਿਉਂਕਿ ਬਹੁਤ ਸਾਰਾ ਐਪਲੀਕੇਸ਼ਨ ਜਿਹੜਾ ਸਪਟੈਂਬਰ ਲਈ ਪੁਸ਼ ਅਪ ਹੋ ਰਿਹਾ। ਸਟੂਡੈਂਟਸ ਕਾਫੀ ਹੱਦ ਤੱਕ ਸੀਟਸ ਫਿਲ ਕਰ ਚੁੱਕੇ ਨੇ, ਅਗਰ ਤੁਸੀਂ ਇਸ ਇਨਟੇਕ ਨੂੰ ਮਿਸ ਕਰਦੇ ਹੋ ਤਾਂ ਫਿਰ ਡੈਲੀਬਰੇਟਲੀ ਤੁਸੀਂ ਇੱਕ ਸਾਲ ਦਾ ਗੈਪ ਆਪਣੇ ਪ੍ਰੋਫਾਈਲ 'ਚ ਐਡ ਕਰ ਰਹੇ ਹੋ। ਸੋ ਇਸ ਚੀਜ਼ ਤੋਂ ਕਨਫਰਮ ਕਰਨ ਦੇ ਲਈ ਅੱਜ ਹੀ ਐਪਲੀਕੇਸ਼ਨ ਨੂੰ ਸਪਟੈਂਬਰ ਲਈ ਪ੍ਰੋਸੈਸ ਕਰੋ ਐਂਡ ਮੇਜਰਲੀ ਜਿਹੜੇ ਸਟੂਡੈਂਟ ਦੀਆਂ ਹੁਣ ਫਾਈਲਸ ਬਿਲਕੁਲ ਕੰਪਲੀਟ ਨੇ ਜਾਂ ਮੇ ਇਨਟੇਕ ਦੇ ਵਿੱਚ ਲੌਜ ਕਰਨ ਬਾਰੇ ਪ੍ਰਿਪੇਅਰਡ ਨੇ, ਸੋ ਉਹਨਾਂ ਸਟੂਡੈਂਟਸ ਲਈ ਇੱਕ ਸਪੈਸ਼ਲ ਨੋਟ ਹੈ ਕਿ ਅਗਰ ਆਪਾਂ ਦੇਖੀਏ ਕੁਝ ਸਟੂਡੈਂਟਸ ਨੂੰ ਲਾਸਟ ਈਅਰ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ ਦੇ ਦੌਰਾਨ ਰਿਜੈਕਸ਼ਨਸ ਮਿਲੇ ਜਿਹਦੇ ਵਿੱਚ ਇਕਨੋਮਿਕ ਕੰਡੀਸ਼ਨਸ ਨੂੰ ਲੈ ਕੇ ਹਾਈਲਾਈਟ ਕੀਤਾ ਗਿਆ। ਸੋ ਜਿਹੜੇ ਸਟੂਡੈਂਟ ਮੇ ਦੇ ਵਿੱਚ ਅਪਲਾਈ ਕਰ ਰਹੇ ਨੇ, ਧਿਆਨ ਰੱਖੋ ਆਪਣੇ ਫਾਈਨੈਂਸ਼ੀਅਲ ਸਰਕਮਸਟਾਂਸਿਸ ਦੇ ਉੱਤੇ, ਆਪਣੇ ਫੰਡਸ ਦੇ ਉੱਤੇ, ਯਾਨੀ ਕਿ ਅਗਰ ਤੁਸੀਂ ਆਪਣੇ ਫੰਡਸ ਨੂੰ ਫਾਈਨੈਂਸ਼ੀਅਲਸ ਨੂੰ ਸਟਰੋਂਗਲੀ ਰੀਪ੍ਰਜੈਂਟ ਕਰਦੇ ਹੋ, ਆਪਣੇ ਫੈਮਿਲੀ ਦੀਆਂ ਅਰਨਿੰਗ ਸੋਰਸਿਸ ਇਕਨੋਮਿਕ ਕੰਡੀਸ਼ਨਸ ਨੂੰ ਸਾਊਂਡ ਰੱਖਦੇ ਹੋ, ਤਾਂ ਇਸ ਕੋਵਿਡ ਸਿਚੁਏਸ਼ਨ ਦੇ ਦੌਰਾਨ ਤੁਸੀਂ ਉਸ ਰਿਜੈਕਸ਼ਨ ਪੁਆਇੰਟ ਨੂੰ ਕਵਰ ਅਪ ਕਰ ਸਕਦੇ ਹੋ। ਸੋ ਲੌਂਚ ਕਰਨ ਤੋਂ ਪਹਿਲਾਂ ਇਸ ਚੀਜ਼ ਦਾ ਖਾਸ ਧਿਆਨ ਰੱਖੋ ਔਰ ਜਿਹੜੇ ਨਿਊ ਐਪਲੀਕੇਸ਼ਨਸ ਅਪਲਾਈ ਕਰਨਾ ਚਾਹੁੰਦੇ ਤੁਸੀਂ ਬ੍ਰੌਡਵੇ ਦੇ ਨਾਲ ਕਨੈਕਟ ਕਰਕੇ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰ ਸਕਦੇ ਹੋ। ਸੋ ਮਿਲਾਂਗੇ ਨੈਕਸਟ ਟਾਈਮ ਕੁਝ ਨਵੀਆਂ ਡਿਵੈਲਪਮੈਂਟਸ ਦੇ ਨਾਲ। ਅੱਜ ਦੇ ਵੀਡੀਓ ਨੂੰ ਕੰਕਲੂਡ ਕਰਦੇ ਹਾਂ, ਥੈਂਕ ਯੂ। ਨਮਸਕਾਰ ਦੋਸਤੋ, ਜੋ ਦੋਸਤ ਬ੍ਰੌਡਵੇ ਇਮੀਗ੍ਰੇਸ਼ਨ ਕੀ ਸਰਵਿਸਿਜ਼ ਲੈਣਾ ਚਾਹਤੇ ਹੈਂ, ਵੋ ਕੈਸੇ ਹਮਾਰੇ ਸਾਥ ਕੰਟੈਕਟ ਕਰ ਸਕਤੇ ਹੈਂ, ਉਸਕੇ ਲੀਏ ਮੈਂ ਆਪਕੋ ਸ਼ੁਰੂ ਮੇਂ ਜ਼ਰੂਰ ਬਤਾਊਂਗਾ। ਸੋ ਯੂ ਜਸਟ ਹੈਵ ਟੂ ਫੋਲੋ 3 steps, ਅ ਸਿੰਪਲ 3 steps। ਨੰਬਰ 1, ਯੂ ਨੀਡ ਟੂ ਵਿਜ਼ਿਟ ਆਰ ਵੈਬਸਾਈਟ broadwaystudy.com। ਨੰਬਰ 2, ਯੂ ਨੀਡ ਟੂ ਫਿਲ ਅ ਫਾਰਮ, ਵੈਬਸਾਈਟ ਪੇ ਇੱਕ ਫਾਰਮ ਹੋਗਾ, ਯੂ ਹੈਵ ਟੂ ਫਿਲ ਯੋਰ ਨੇਮ, ਨੰਬਰ ਐਂਡ ਦਾ ਕੰਟਰੀ ਯੂ ਵਿਸ਼ ਟੂ ਟਰੈਵਲ। ਐਂਡ ਨੰਬਰ 3, ਉਸਕੇ ਬਾਅਦ ਜਬ ਆਪ ਫਾਰਮ ਸਬਮਿਟ ਕਰੇਂਗੇ, ਯੂ ਕੈਨ ਸੀ ਆਵਰ ਆਨਲਾਈਨ ਕਾਉਂਸਲਰਸ ਆਊਟ ਦੇਅਰ, ਯੂ ਕੈਨ ਸਿਲੈਕਟ ਯੋਰ ਕਾਉਂਸਲਰ ਬਾਏ ਜਸਟ ਕਲਿਕਿੰਗ ਐਨੀ ਵਨ ਆਫ ਦੈਮ ਐਂਡ ਦਾ ਵੀਡੀਓ ਕਾਲ ਵਿਲ ਸਟਾਰਟ ਆਟੋਮੈਟਿਕਲੀ। ਜੈਸੇ ਆਪ ਕਿਸੀ ਇੱਕ ਕਾਉਂਸਲਰ ਕੇ ਨਾਮ ਪੇ ਕਲਿਕ ਕਰੇਂਗੇ, ਵੋ ਵੀਡੀਓ ਕਾਲ ਆਪਣੇ ਆਪ ਆਟੋਮੈਟਿਕਲੀ ਸਟਾਰਟ ਹੋ ਜਾਏਗੀ। ਸੋ ਐਨੀ ਵੇਅਰ ਫਰੋਮ ਇੰਡੀਆ, ਆਊਟਸਾਈਡ ਇੰਡੀਆ, ਯੂ ਵਿਸ਼ ਟੂ ਟੇਕ ਅ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼, ਯੂ ਕੈਨ ਅਪਲਾਈ ਵਿਦ ਅਸ ਆਨਲਾਈਨ ਫਰੋਮ ਯੋਰ ਹੋਮ, ਫਰੋਮ ਯੋਰ ਕੰਟਰੀ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।